ਕੀ ਗੱਲ ਆ ਗਾਮਿਆ? ਓ ਗਾਮੇ, ਬੜਾ ਪਰੇਸ਼ਾਨ ਆ, ਕੀ ਗੱਲ ਆ ਤੈਨੂੰ? ਕੁਛ ਨਾ ਪੁੱਛ ਚੌਧਰੀ। ਚਲੋ ਠੀਕ ਆ, ਨਹੀਂ ਪੁੱਛਦੇ, ਮੈਂ ਪੁੱਛ ਕੇ ਜ਼ਰੂਰ ਖਲਾਰਾ ਪਾਉਣਾ ਬੀਬੀ, ਮੈਂ ਦਾਇਆ ਕਰਾਂ ਤੇਰਾ। ਚੌਧਰੀ ਚੌਧਰੀ ਖਿਆਲ ਕਰ ਕੋਰੇ। ਖਿਆਲ ਕੀ ਕਰਾਂ, ਕੀ ਗੱਲ, ਰੋਂਦਾ ਆ ਡਿੱਗ ਪੈਣਾ ਕਿਤੇ। ਉਹ ਤੇਰੇ ਪਿੰਡ ਦੇ ਬੰਦੇ ਆ, ਸਾਡਾ ਖਿਆਲ ਕਰ। ਕੀ ਗੱਲ ਕੀ ਆ, ਖੁੱਲ ਕੇ ਗੱਲ ਦੱਸ। ਬੁਝਾਰਤਾਂ ਜਿਹੜੀਆਂ ਨਾ ਮੇਰੇ ਸਾਹਮਣੇ ਪਾਉਂਦਾ, ਇਹ ਬੁਝਾਰਤਾਂ ਨਾ ਪਾਇਆ ਕਰ। ਤੈਨੂੰ ਕੋਈ ਖਬਰ ਹੈ ਪਿੰਡ ਦੀ? ਨਹੀਂ ਖਬਰ ਨਹੀਂ ਹੈਗੀ, ਸਾਈਕਲ ਮੇਰਾ ਖਰਾਬ ਹੋਇਆ ਆ, ਨਹੀਂ ਤਾਂ ਮੈਂ ਅੱਗੇ ਚੱਕਰ ਚੁੱਕਰ ਲਾ ਲੈਂਦਾ ਹੁੰਦਾ ਸੀ। ਪਤਾ ਨਹੀਂ ਤੈਨੂੰ ਕਿਹਨੇ ਕਿਹਨੇ ਚੌਧਰੀ ਬਣਾਤਾ ਤੈਨੂੰ? ਹਾਂ, ਇੱਥੇ ਪਿੰਡ ਵਾਲੇ ਨੇ ਬਣਾਇਆ, ਹੋਰ ਕਿਸੇ ਬਾਹਰੋਂ ਬਣਾਇਆ ਕਿਸੇ ਨੇ? ਕੀ ਮਤਲਬ ਤੇਰਾ? ਹਾਂ, ਅੱਲਾ ਦੀ ਮਿਹਰਬਾਨੀ ਦੇ ਨਾਲ ਆਹ ਜ਼ਬਾਨ ਇਹਦੇ ਸਿਰ ਤੇ ਬਣਿਆ ਚੌਧਰੀ। ਤੇਰੀ ਇਹਦੇ ਸਿਰ ਤੇ ਕਿੱਥੋਂ ਬਣ ਗਿਆ ਚੌਧਰੀ ਤੂੰ? ਚੌਧਰੀ ਤੈਨੂੰ ਮੈਂ ਦੱਸਦਾ, ਆਪਣੇ ਪਿੰਡ ਦਾ ਖਿਆਲ ਕਰ, ਜੇ ਚੌਧਰੀ ਰਹਿਣਾ ਤਾਂ, ਨਹੀਂ ਤਾਂ ਚੌਧਰੀ ਬੁਣਾ ਛੱਡ ਦੇ ਤੈਨੂੰ ਮੈਂ ਕਹਿ ਦਵਾਂ। ਕਿਉਂ ਛੱਡ ਦਵਾਂ, ਕਿਉਂ ਛੱਡ ਦਵਾਂ? ਕਿਉਂਕਿ ਗੱਲ, ਮੈਂ ਅੱਗੇ ਐਡੀ ਮੁਸ਼ਕਲ ਚੌਧਰੀ ਹੋਇਆ, ਤੈਨੂੰ ਪਤਾ ਮੈਂ ਆਪਣੇ ਸਿਆਣੇ ਭੇਜੇ ਸੀ, ਉਹ ਪੈਰੀ ਪਏ ਆ ਸਾਰੇ ਪਿੰਡ ਦੇ, ਤੇ ਸਾਡਾ ਬੰਦਾ ਬਹੁਤ ਸਹੀ ਆ, ਅੱਲਾ ਦੀ ਮਿਹਰਬਾਨੀ ਤੁਹਾਡੇ ਕੰਮ ਕਰੇਗਾ ਸਾਰੇ, ਮੈਂ ਸਾਰੇ ਕੰਮ ਕਰਦਾ। ਬੱਲੇ ਤੇਰੇ, ਹਾਂ ਮੈਂ ਸਿੱਧੀ ਫਾਨੀ ਹੈਗੀ, ਉਹਨੇ ਮੈਨੂੰ ਕਿਹਾ ਕਿ ਸਾਗ ਤੋੜਿਆ ਆ, ਉੱਥੇ ਬੰਦੇ ਖਲੋਤੇ, ਉਹ ਗੱਠੜੀ ਚੁੱਕ ਲਿਆ ਦੇ, ਮੈਂ ਚੁੱਕ ਲਿਆ ਕੇ ਦਿੱਤੀ ਆ। ਤੇ ਤੂੰ ਚੌਧਰੀ ਬਣ ਗਿਆ? ਤੇ ਹੋਰ ਕੀ ਕੰਮ, ਹੋਰ ਕਿਹੜੇ ਕਰਾਂ ਹੁਣ? ਓ ਚੌਧਰੀ ਚੌਧਰੀ, ਤੈਨੂੰ ਪਤਾ ਨਹੀਂ ਪਿੰਡ ਵਿੱਚ ਕੀ ਹੋਣ ਡਿਆ? ਕੀ ਹੋਣ ਡਿਆ, ਕੀ ਹੋਣ ਡਿਆ? ਓਏ ਪਿੰਡ ਦੇ ਵਿੱਚ ਚੋਰੀਆਂ ਡਕੈਤੀਆਂ ਹੋਣ ਡੀਆਂ। ਹਾਂ, ਇਹ ਮੈਨੂੰ ਅੱਗੇ ਵੀ ਦੱਸਿਆ, ਇੱਥੇ ਪਿੰਡ ਵਾਲਿਆਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਨਾ ਮੇਤੇ ਸਿੱਟ ਦਿੱਤੀ ਆ। ਜੇ ਕਿਸੇ ਦੇ ਹੈ ਨਾ ਕੋਈ ਤਲਾਕ ਹੁੰਦੀ ਹੈ, ਤਾਰੇ ਕਹਿੰਦੇ ਚੌਰੀ ਤੂੰ ਜਾਣਾ, ਤੇਰਾ ਕੰਮ ਜਾਣਾ, ਵੀ ਮੈਂ ਦਵਾਉਣਾ ਆ, ਮੈਂ ਦਵਾਉਣਾ ਆ। ਓ ਯਾਰ, ਇਹ ਨਹੀਂ, ਜੇ ਕਿਸੇ ਦੇ ਚੋਰੀ ਹੁੰਦੀ ਆ ਤੇ ਚੌਰੀ ਥਾਣੇ ਨਹੀਂ ਜਾਣਾ, ਸਾਡਾ ਥਾਣਾ ਵੀ ਤੂੰ ਤੁਸੀਂ ਲੈ ਦੱਸੋ। ਓ ਚੌਧਰੀ ਜੀ, ਹੋਇਆ ਤੈਨੂੰ ਚੌਧਰੀ ਕਦਲੀ ਬਣਾਇਆ ਸੀ ਇੱਥੇ? ਨਹੀਂ, ਹੁਣ ਮੈਨੂੰ ਚੋਰ ਨਹੀਂ ਲੱਭਦਾ ਤਾਂ ਮੈਂ ਕੀ ਕਰਾਂ ਹੁਣ? ਚੌਧਰੀ ਫਿਰ ਗੱਲ, ਚੋਰ ਚੋਰੀ ਕਰਕੇ ਕਿਹੜਾ ਫਿਰਦਾ ਆ, ਵੀ ਮੇਰੇ ਆਲੇ ਦੁਆਲੇ ਫਿਰਦਾ ਆ, ਪਤਾ ਨਹੀਂ ਅਗਲਾ ਕਿੱਥੇ ਲੁਕਿਆ ਆ। ਮੈਂ ਤੈਨੂੰ ਚੋਰ, ਤੈਨੂੰ ਮੈਂ ਫੜਾਉਂਗਾ, ਤੈਨੂੰ ਆਪੇ ਪਤਾ ਲੱਗਦਾ ਚੋਰ ਕੀ ਕਰਦਾ। ਹਾਂ, ਤੂੰ ਤਾਂ ਫੜ ਲੈਣਾ, ਤੂੰ ਤਾਂ ਚੋਰ ਇੰਜ ਫੜਨਾ ਜਿਵੇਂ ਵੇਲਾ ਫੜਦਾ ਹੈ ਨਾ। ਚੌਧਰੀ ਦੇਖ ਲੈ, ਵੈਸੇ ਤੂੰ ਨਾ ਗੱਲ ਨਹੀਂ ਥੱਲੇ ਜਾੜ ਦਿੰਦਾ। ਨਹੀਂ ਨਹੀਂ ਕੀ, ਕਿੱਦਾਂ ਚੋਰ ਕਿੱਦਾਂ ਫੜਨਾ? ਆਹ ਗੁੱਠ ਦੇਖੀ, ਉਹ ਆਪਣੇ ਪਿੰਡ ਦੀ ਉੱਪਰਲੀ, ਉਹ ਆਹ ਨੁੱਕਰ ਜਿਹੜੀ ਆ, ਜਿੱਥੇ ਟੂਬਲ ਲੱਗਾ, ਟੂਬਲ ਦਾ ਉਧਰ ਨਹੀਂ ਮੈਂ ਜਾਣਾ, ਉਧਰ ਨਹੀਂ ਮੈਂ ਜਾਣਾ ਹੈਗਾ। ਕਿਉਂ? ਲੈ, ਮੈਂ ਉਧਰ ਗਿਆ। ਅੱਛਾ, ਆਹ ਮੈਂ ਜਦੋਂ ਲੰਘਿਆ ਨਾ ਤੇ ਹਨੇਰਾ ਬੜਾ ਹੋਇਆ ਸੀ, 11 ਦਾ ਟਾਈਮ ਸੀ, ਰਾਤ ਦਾ। ਆਹ ਉਦੋਂ ਦਾ ਬਕੂਆ, ਉਦੋਂ ਮੈਂ ਵੀ ਉਦੋਂ ਦਾ ਸੁਣਾਉਣ ਡਿਆ, ਮੈਂ ਕਰੋ ਸਵੇਰ ਦੇ 2 ਪਾਏ ਆ, ਉਹੀ ਗੱਲ ਸੁਣਾ ਰਿਹਾ ਮੈਂ। ਜਦੋਂ ਐ ਕਰਕੇ ਲੰਘੇ ਆ ਨਾ, ਕੋਲੋਂ ਨਹੀਂ ਲੰਘੇ, ਮੈਨੂੰ ਤਾਂ ਪਤਾ ਹੀ ਨਹੀਂ ਉੱਥੇ ਖਲੋਤੇ ਯਾਰ। ਜੇ ਮੈਨੂੰ ਪਤਾ ਹੁੰਦਾ ਵੀ ਉੱਥੇ ਖਲੋਤੇ ਯਾਰ, ਮੈਂ ਤਾਂ 1.5 ਹਫ਼ਤਾ ਨਹੀਂ ਸੀ ਉੱਧਰ ਜਾਣਾ, ਮੈਨੂੰ ਕਿਹੜੀ ਜ਼ਰੂਰਤ ਆ। ਅੱਛਾ, ਉਹ ਜਦ ਮੈਂ ਲੰਘੇ ਆ ਨਾ ਤੇ ਪਿੱਛੋਂ ਦੀ ਇੱਕ ਥੱਪੜ ਆਇਆ ਮੇਰੇ, ਉਹ ਆਇਆ ਆਇਆ ਉਹਨੇ ਮੇਰਾ ਕੰਨ ਬੰਦ ਕਰ ਦਿੱਤਾ। ਫਿਰ ਚੌਧਰੀ 1.5 ਮਹੀਨਾ ਹੋ ਗਿਆ ਕੰਨ ਨਹੀਂ ਖੁੱਲ੍ਹਾ ਹਜੇ ਤੱਕ, ਠੀਕ ਆ ਕਰੀ? ਤੂੰ ਪੈਸਾ ਦੇ, ਮੈਨੂੰ ਚੱਕਰ ਆਇਆ। ਅੱਛਾ, ਮੈਂ ਡਿੱਗ ਪਿਆ। ਫਿਰ ਜਦੋਂ ਮੈਂ ਘਰ ਆ ਕੇ ਤਲਾਸ਼ੀ ਲਈ ਆਪਣੀ, 1100 ਰੁਪਈਆ ਹੀ ਨਹੀਂ ਹੈ। ਯਾਨੀ ਕਿ ਉੱਧਰ ਰੌਲਾ ਨਹੀਂ ਪਾਇਆ ਤੂੰ? ਰੌਲਾ ਮੈਂ ਕਾਹਦੇ ਪਾਉਣਾ, ਕਾਹਦਾ ਚੌਧਰੀ? ਮੈਨੂੰ ਖਾਦਾ ਨਹੀਂ ਗਿਆ, ਅਗਰ 4 ਜਣੇ ਹੁੰਦੇ ਆ ਤਾਂ ਮੈਨੂੰ ਤਾਂ ਉਹਨਾਂ ਨੇ ਲਾਸ਼ਾਂ ਪਾ ਦੇਣੀਆਂ ਸੀ। ਹੋਣਾ ਚੌਧਰੀ ਚੌਧਰੀ, ਉੱਥੇ ਤੇਰਾ ਕੰਮ ਸੀ ਰੌਲਾ ਪਾਉਂਦਾ, ਸਾਰਾ ਪਿੰਡ ਇਕੱਠਾ ਹੁੰਦਾ, ਉੱਥੇ ਡਾਕੂ ਫੜ ਲੈਣਾ। ਨਹੀਂ, ਮੈਂ ਸਿਆਣਪੱਤ ਕੀਤੀ ਹੈ, ਮੈਂ ਰੌਲਾ ਨਹੀਂ ਪਾਇਆ। ਅੱਛਾ, ਚੁੱਪ ਕਰਕੇ ਮੈਂ ਆ ਗਿਆ। ਅੱਛਾ, ਮੈਂ ਕਿਹਾ ਹੁਣ ਮੈਂ ਦੱਸਾਂਗਾ ਵੀ ਚੌਧਰੀ ਥੱਪੜ ਪਏ ਆ ਤੇ ਇਹਨਾਂ ਨੂੰ ਕਹਿੰਦਾ ਚੌਧਰੀ ਤਬਦੀਲ ਕਰ ਦਿਓ, ਚੌਰੀ ਹੋਰ ਲੈ ਆਓ। ਬਸ ਚੌਧਰੀ, ਤੂੰ ਨਾ ਚੌਧਰੀ ਬਣਨ ਦੇ ਕਾਬਲ ਨਹੀਂ ਹੈਗਾ, ਚੁੱਪ ਕਰਕੇ ਪਿੰਡ ਛੱਡ ਜਾ ਬਸ। ਹੈ ਬਸ, ਪਿੰਡ ਛੱਡ, ਪਿੰਡ ਕੋ ਛੱਡ ਜਾ, ਤੁਹਾਡੇ ਚੋਰੀ ਹੁੰਦੀ ਤੁਹਾਡੇ ਪੈਸੇ ਕੱਢਦੇ ਆ ਨਾ, ਤੁਸੀਂ ਪਿੰਡ ਛੱਡ ਜਾ। ਓ ਯਾਰ, ਮੁੰਡੇ ਰਾਤ ਨੂੰ ਵਿਚਾਰੇ ਕੰਮਾਂ ਕਾਰਾਂ ਤੋਂ ਆਉਂਦੇ ਆ, ਕੋਈ ਦਿਹਾੜੀ ਕਰਕੇ ਆਉਂਦਾ, ਅੱਗ ਵਿਚਾਰਾ ਫੈਕਟਰੀ 'ਚੋਂ ਆਉਂਦਾ, ਰਾਤ ਨੂੰ ਆਉਂਦੇ ਆ, ਉਹਨੂੰ ਲੁੱਟ ਲੈਂਦੇ ਨੇ। ਬਸ ਤੂੰ ਚਾਹੁੰਦਾ ਨਾ ਕਿ ਫੈਸਲਾ ਚੌਰੀ ਕਰ ਲੈ, ਮੇਰਾ ਫਿਰ ਫੈਸਲਾ ਸੁਣ ਲਓ। ਕੀ? 9 ਵਜੇ ਰਾਤ ਨੂੰ ਆਉਂਦੇ ਤੁਸੀਂ? 9, 10, 11 ਵਜੇ ਤੱਕ ਮੁੰਡੇ ਆ ਜਾਂਦੇ। ਰਾਤ ਨੂੰ ਆਉਣਾ ਹੀ ਨਹੀਂ ਹੈ। ਕਿਉਂ? ਸਵੇਰੇ 8:30 ਵਜੇ ਆ ਜਾਂਦਾ। ਤੇ ਕੰਮ ਕਿੱਥੇ ਕਰਨਾ? ਹੈ? ਕੰਮ ਕਿਹੜੇ ਵੇਲੇ ਕਰਨਾ? ਕੰਮ ਜਿਹੜਾ ਤੁਸੀਂ ਰਾਤ ਨੂੰ 11 ਵਜੇ ਆਉਣਾ, ਤੇ ਉਹ 8:30 ਵਜੇ ਸਵੇਰੇ ਆ, ਉਹਦੇ ਪੈਸੇ ਤੁਹਾਨੂੰ ਆਉਣੇ ਕਿ ਨਹੀਂ ਆਉਣੇ? ਬੱਲੇ ਬੱਲੇ ਬੱਲੇ, ਤੁਹਾਡੀ ਤਨਖਾਹ ਵੀ ਵੱਧ ਗਈ ਆ, ਠੀਕ ਆ ਕਿ ਨਹੀਂ? ਤੇ ਚੋਰੀ ਤੋਂ ਵੀ ਬਚ ਗਏ। ਤੇਰੀ ਸਹਿਸ ਤੋਂ ਸਦਕੇ ਚੌਧਰੀ, ਇਹਦਾ ਕੋਈ ਹੱਲ ਕੱਢ ਲੈ ਚੌਧਰੀ, ਮੈਂ ਤੈਨੂੰ ਦੱਸ ਦਵਾਂ, ਇਹਦਾ ਹੱਲ ਨਾ ਨਾ ਕੱਢਿਆ ਤੇ ਮੈਂ ਚੱਲ ਜਾਣਾ ਸਵੇਰ ਕਚਹਿਰੀਆਂ। ਤੂੰ ਇਕੱਲਾ ਚਲੇ ਜਾਏਗਾ ਤੇ ਕਿਹੜੇ ਪਿੰਡ ਖਾਲੀ ਹੋ ਜਾਣਾ, ਇੰਨਾ ਪਿੰਡ ਆਬਾਦ ਆ, ਤੂੰ ਇਕੱਲਾ ਚਲੇ ਤੂੰ ਬਹੁਤੀ ਡੋਲੀ ਪਾਉਣਾ। ਮੈਂ ਕਚਹਿਰੀਆਂ ਜਾ ਕੇ ਤੇਰੇ ਤੇ ਐਫ ਆਈ ਆਰ ਘਟਾਉਣੀ ਆ, ਤੇ ਚੌਧਰੀ ਸਾਰੇ ਕੰਮ ਕਰਾਉਂਦਾ ਇਸ ਪਿੰਡ ਦੇ। ਤੇ ਐਫ ਆਈ ਆਰ ਕੀ ਹੁੰਦੀ ਆ? ਫੌਰੀ ਫੌਰੀ ਗ੍ਰਿਫਤਾਰੀ, ਫੌਰੀ ਮੇਰੀ। ਹਾਂਜੀ, ਇਹ ਤੇਰਾ ਕਰਦਾ ਕੰਮ ਮੈਂ। ਓ ਯਾਰ, ਕੰਮ ਕੋ ਹੁੰਦਾ ਨਹੀਂਗਾ। ਆ ਉਰਾ, ਹੁਣ ਕੋ ਹੱਲ ਕੱਢਣਾ ਹੀ ਆ, ਇੱਥੇ ਆ ਉਰਾ ਉਰਾ, ਕਮੜਾ ਹੋਇਆ ਆ ਤੂੰ ਤਾਂ। ਅੱਛਾ, ਘਬਰਾਈਦਾ ਨਹੀਂ ਹੁੰਦਾ? ਚਲੋ ਮੈਂ ਤੇਰੇ ਨਾਲ ਆ, ਤੇ ਤੈਨੂੰ ਕਿਹੜੀ ਜ਼ਰੂਰਤ ਹੈ ਘਬਰਾਉਣ ਦੀ? ਉਰੇ ਹੋ ਕੇ ਪੈ, ਡਰਦਾ ਕਦੇ ਆ, ਡਰਦਾ ਕਦੇ ਆ? ਅਗੇ ਨਿਕਲ ਜਾ ਹੁੰਦਾ ਸੀ, ਮੇਰੀ ਝੋਲੀ ਜਿਹੜੀ ਸੀ ਨਿਕਲਦਾ ਹੁੰਦਾ। ਚੌਧਰੀ ਉਧਰ ਨਿਕਲ ਜਾ, ਮੈਂ ਤੈਨੂੰ ਫੁਲਾਇਆ ਆ, ਇਧਰ ਨੂੰ ਹੋ। ਕੀ ਗੱਲ ਕੀ ਆ? ਗੱਲ ਤਾਂ ਮੈਂ
ਹੁਣ ਗੱਲ ਪਤਾ ਕੀ ਹੈ, ਗੱਲ ਮੈਂ ਤੇਰੇ ਨਾਲ ਕਰ ਦਵਾਂ, ਤੇਰੇ ਨੈਣਾਂ ਚ ਜਾਂਦੇ ਆ, ਤੇਰੀ ਚੁਗਲੀ ਦੀ ਆਦਤ ਬਹੁਤ ਆ। ਨਹੀਂ ਚੌਧਰੀ, ਨਹੀਂ ਨਹੀਂ ਨਹੀਂ, ਮੈਂ ਇਧਰ ਮੂੰਹ ਵਾਲਾ ਵੇਖਿਆ, ਬੰਦਾ ਚੁਗਲੀ ਬਹੁਤ ਕਰਦਾ। ਨਹੀਂ ਅੱਲਾ ਮਾਫੀ ਦੇਵੇ, ਅਸੀਂ ਚੁਗਲਖੋਰ ਦੇ ਮੂੰਹ ਤੇ ਥੁੱਕਦੇ ਆ। ਹਾਂ ਤੂੰ ਹੁਣ ਚਾਹੁੰਦਾ ਵੀ ਚੋਰੀ ਨਾ ਹੋਵੇ। ਹਾਂ ਅਸਲ ਦੇ ਵਿੱਚ ਜਿਹੜਾ ਹੁਣ ਚੌਧਰੀ ਪਿੰਡ ਬਹੁਤ ਪਰੇਸ਼ਾਨ ਹੈ, ਸੱਚੀ ਮੁੱਚੀ ਸਾਰਾ ਪਿੰਡ ਪਰੇਸ਼ਾਨ ਹੈ। ਤੂੰ ਉਧਰ ਹੀ ਪਰੇਸ਼ਾਨ? ਮੈਂ ਨਹੀਂ ਹੈਗਾ। ਜੇ ਤੂੰ ਚਾਹੁੰਦਾ ਮੈਂ ਤੇਰੀ ਇਕੱਲੇ ਦੀ ਪਰੇਸ਼ਾਨੀ ਦੂਰ ਕਰ ਸਕਦਾ। ਨਹੀਂ ਨਹੀਂ, ਮੈਂ ਕੋਈ ਪਰੇਸ਼ਾਨ ਨਹੀਂ। ਕਿੰਨੇ ਡਾਕੂ ਹੁੰਦੇ ਆ? ਪਤਾ ਨਹੀਂ ਕਿੰਨੇ ਹੁੰਦੇ, ਮੈਂ ਤਾਂ ਕਰੀ ਕਿਹੜੇ ਨਹੀਂ ਅੰਦਾਜ਼ੇ ਨਾਲ, ਦੁਨੀਆ ਦੱਸਦੀ ਹੋਏਗੀ ਆ ਵੀ ਕਿੰਨੇ ਹੁੰਦੇ। ਕਹਿੰਦੇ ਕਿ ਦੋ ਚਾਰ ਮੁੰਡੇ ਹੁੰਦੇ ਆ, ਔਰ ਵੀ ਦੋ ਮੇਰੇ ਭਾਣਜੇ ਆ। ਹਾਂ, ਇਹ ਕੀ ਕਹਿ ਰਿਹਾ ਚੌਧਰੀ? ਤੇਰੇ ਮੂੰਹ ਤੇ ਕਹਿਣ ਡਿਆ, ਜਾਤ ਮੈਂ ਹੋਏ ਵੀ ਤੈਨੂੰ ਲਿਖ ਕੇ ਕਹਿਣ ਡਿਆ, ਉੱਚੀ ਨਾ ਰੌਲਾ ਪਾ। ਤੇਰੇ ਭਾਣਜੇ? ਉਹ ਭਾਣਜੇ ਕੰਮ ਕਰਦੇ ਸੀ ਹੈਗੇ। ਅੱਛਾ। ਹਾਂ, ਕਹਿੰਦੇ ਸੀ ਅਸੀਂ ਚੋਰੀ ਹੋਏ ਕੰਮ ਕਰਨਾ ਆ, ਤੇ ਕਿਸੇ ਨੂੰ ਮੈਂ ਕਿਹਾ ਚੱਲ ਠੀਕ ਹੈ, ਲੱਗੀ ਫੱਗੀ ਲਾ ਲਿਆ ਕਰੋ। ਇਹ ਤਾਂ ਮਤਲਬ ਤੇਰੇ ਭਾਣਜੇ ਲੁੱਟਦੇ ਉੱਥੇ? ਬਕਵਾਸ ਬੰਦ ਕਰ, ਬੋਲਦਾ ਕਰਦੇ। ਤੇਰੇ ਭਾਣਜੇ ਲੁੱਟਦੇ? ਭਾਣਜੇ ਲੁੱਟਦੇ ਆ, ਕੰਮ ਤੇ ਨਹੀਂ ਸੀ ਜਾਂਦੇ। ਅੱਛਾ। ਤੇ ਉਹ ਲੁੱਟਦੇ ਆ, ਮੈਨੂੰ ਵੀ ਲੁੱਟ ਲਿਆ ਸੀ ਉਹਨਾਂ ਨੇ, ਜਾ ਕਿਸੇ ਦਾ ਨਹੀਂ ਕਰਦੇ। ਲੇਕਿਨ ਤੇਰਾ ਮੈਂ ਦੱਸ ਦਿਆਂਗਾ, ਜੇ ਤੇਰਾ 1500 ਰੁਪਇਆ ਕੱਢਣਗੇ ਨਾ ਦਾਤ ਨੂੰ, ਤੇ ਅੱਲਾ ਦੀ ਮਿਹਰਬਾਨੀ, ਤੂੰ ਮੇਰੇ ਕੋਲ ਆ ਜਾਣਾ। ਵੈਰੀ ਗੁੱਡ ਚੌਧਰੀ, ਮੈਂ ਤੈਨੂੰ 500 ਕੋਲੋਂ ਦੇਵਾਂਗਾ। ਯਾਨੀ ਕਿ 1500 ਲੁੱਟਿਆ ਗਿਆ, ਤੇ ਤੂੰ 500 ਦੇ ਕੇ ਮੈਨੂੰ ਫਾਰਗ ਕਰ ਦੇ? ਤੇ ਹੁਣ ਉਹਨਾਂ ਨੇ ਨਹੀਂ ਜਾਣਾ, ਚੋਰਾਂ ਨੇ ਕਿੱਥੋਂ ਖਾਣਾ ਆ? ਉਹਨਾਂ ਦੀ ਕਿਹੜੀਆਂ ਵੈਗਨਾਂ ਚੱਲਦੀਆਂ? ਨਹੀਂ, ਉਹਨਾਂ ਦੀਆਂ ਵੈਗਨਾਂ ਚੱਲਦੀਆਂ, ਉਹਨਾਂ ਨੇ ਕਿੱਥੋਂ ਖਾਣਾ? ਤੇਰੇ ਭਾਂਜੇ ਜੋ ਹੋਏ, ਤੂੰ ਨੇ 1500 ਵਾਪਸ ਲੈ ਕੇ ਦੇ ਮੈਨੂੰ। 1500 ਕਿੱਦਾਂ ਲੈ ਕੇ ਦੇਵਾਂ? 1000 ਰੁਪਇਆ ਤਿੰਨ ਜਣੇ ਵੰਡ ਲੈਣਗੇ। ਬੱਲੇ ਬੱਲੇ, ਬੜੇ ਬੜੇ ਬੱਕਰੇ ਕੁਰਾ। ਚੱਲ ਵੀ ਸਾਡੇ ਵੱਲੋਂ ਸਾਰੇ ਲਟਾ ਕੇ ਆਓ, ਜਾਓ ਉੱਠੋ, ਲਟਾਓ ਜਾ ਕੇ। ਦੱਸਦਾ ਜਾ ਕੇ ਪੂਰੇ ਪਿੰਡ 'ਚ ਤੇਰੇ ਭਾਂਜੇ ਡਾਕੂ ਸਾਰੇ। ਆਪਣੀ ਜ਼ੁਬਾਨ 'ਤੇ ਕੰਟਰੋਲ ਕਰ, ਮੈਂ ਹੁਣੇ ਪੁਲਿਸ ਮੰਗਵਾ ਲੈਣੀ ਆ, ਵੀ ਆ ਹੁਣੀ ਜਿਹੜੀ ਜੇਬ ਕੱਟੀ ਆ ਮੇਰੀ, ਮੈਂ ਤਾਂ ਹੁਣੀ ਪੈਸੇ ਪਾਣੇ ਆ, ਅਪਰਤ ਮੇਰੇ ਅੱਗੇ ਖਾਲੀ ਆ, ਤੇ ਮੈਂ ਕਹਿੰਦਾ ਸਾਰੇ ਲੈ ਗਿਆ। ਤੇਰਾ ਵੀ ਨਹੀਂ ਹਜ਼ਾਰ ਕਰ ਦਿਓ? ਮੇਰਾ ਘਰੋਂ ਹਜ਼ਾਰ ਕਰਦੇ ਆ। ਲੈ, ਕੀ ਹੋਇਆ ਕਿ ਤੇਰੇ ਨਾਲ? ਤੈਨੂੰ ਕੀ ਹੋਇਆ? ਉਹਨਾਂ ਨੇ ਕਾਕਾ ਖਾਣਾ ਨਿੱਕੇ ਨਿੱਕੇ ਬੱਚੇ ਉਹਨਾਂ ਦੇ। ਲੇਕਿਨ ਤੇਰੀ ਚੋਰੀ ਨਹੀਂ ਹੋਏਗੀ, ਤੂੰ ਰੌਲਾ ਨਾ ਪਾ, ਛੱਡ ਦੇ ਬਸ। ਨਹੀਂ ਸੁਣਿਆ ਕਹਿੰਦੇ ਜੰਜ ਲੁੱਟੀ ਪਰਸੋਂ ਉਹਨਾਂ ਨੇ? ਪਰਸੋਂ ਜੰਜ ਲੁੱਟੀ ਆ, ਮੈਨੂੰ ਦੇ ਗਏ ਅਗਲੇ ਪੈਸੇ, ਐਡੀ ਦੀ ਗੱਲ? ਹਾਂ, 22,000 ਰੁਪਇਆ ਉਹਨਾਂ ਨੇ ਲੁੱਟਿਆ। ਪੂਰੀ ਜੰਜ 22,000? 4,500 ਮੈਨੂੰ ਦੇ ਗਏ, 4,500, 5 ਨੋਟ 5-500 ਦੇ। ਚੌਥਾ ਹਿੱਸਾ ਦਿੰਦੇ ਤੈਨੂੰ? ਚੌਥਾ ਹਿੱਸਾ ਦਿੰਦੇ। ਬੜੀ ਗੱਲ ਹੈ, ਮੇਰੇ ਰੌਲਾ ਨਹੀਂ ਪਾਇਆ, ਮੇਰੇ ਕੋਲ ਆਏ ਆ ਪਿੰਡ ਦੇ, ਤੇ ਚੋਰੀ ਉਹਨਾਂ ਨੇ ਜੰਜ ਲੁੱਟ ਲਈ ਆ। ਇਹ ਉਹ ਤਾਂ ਜ਼ੇਵਰ ਵੀ ਲੁੱਟਿਆ ਕੁੜੀ ਦੇ ਨਾਲ। ਜ਼ੇਵਰ ਕਿੰਨਾ ਲੁੱਟਿਆ? ਜ਼ੇਵਰ ਵੀ ਉਹ ਕੁੜੀ ਦੇ ਸਾਰੇ ਸੈਟਰ ਲੁੱਟ ਲਿਆ। ਲੈ, ਮੈਨੂੰ ਨਹੀਂ ਉਹਨਾਂ ਨੇ ਦੱਸਿਆ ਜ਼ੇਵਰ ਦਾ, ਕਹਿੰਦੇ ਜ਼ੇਵਰ ਪਾਇਆ ਹੀ ਨਹੀਂ ਕੁੜੀ ਵਾਲਿਆਂ ਨੂੰ, ਗਰੀਬ ਸੀ ਕਹਿੰਦੇ। ਇਹ ਫਿਰ ਦੇਖ ਲਾ, ਤੇਰੇ ਨਾਲ ਫਰਾਡ ਕਰ ਗਏ ਆ। ਮੇਰੇ ਨਾਲ ਕਰ ਗਏ? ਯਾਰ ਮੇਰੇ ਨਾਲ ਕਰ ਗਏ ਆ, ਤੂੰ ਉਹਨਾਂ ਦਾ ਮਾਮਾ ਲੱਗਦਾ ਹੈ, ਤੇ ਕਿੰਨਾ ਵੀ ਤਾਂ ਕਰਨਾ ਹੀ ਆ ਉਹਨਾਂ ਨੇ। ਮਾਮਾ ਤਾਂ ਤੂੰ ਲੱਗਦਾ ਵਾ। ਹਾਂ, ਮੇਰੇ ਨਾਲ ਕੋਈ ਤੇਰੀ ਰਿਸ਼ਤੇਦਾਰੀ ਪੁੱਤ ਨਹੀਂ, ਕੋਈ ਐਸਾ ਸਾਕ ਹੋਵੇ ਜਿਹਦੇ ਬਗੈਰ ਤੂੰ ਰਹਿ ਨਾ ਸਕੇ, ਮੈਂ ਰਹਿ ਨਾ ਸਕਾਂ। ਨਹੀਂ, ਉੱਥੇ ਉੱਠ ਕੇ ਚੱਲ, ਉੱਠ ਜਾ, ਉੱਠ ਜਾ, ਉੱਠ ਜਾ, ਉੱਠ ਜਾ। ਤੇਰੀ ਮੈਂ ਪਰੇਸ਼ਾਨੀ ਦੂਰ ਕਰਤੀ ਹੈ ਨਾ, ਬਸ ਹੁਣ ਕਿਸੇ ਨੂੰ ਦੱਸਣਾ ਨਹੀਂ, ਤੈਨੂੰ ਮੈਂ ਦੱਸ ਦਵਾਂ। ਤੁਹਾਨੂੰ ਤੇਰੀ ਆਵਾਜ਼ ਨਾ ਆਵੇ ਹੁਣ, ਸਾਨੂੰ ਕਿਹੜੀ ਜ਼ਰੂਰਤ ਆ? ਸਲਾਮ ਅਲੈਕੁਮ ਚੌਰੀ ਸਾਹਿਬ। ਵਾਲੇਕੁਮ ਸਲਾਮ। ਉਹ ਗਾਬੇ ਇੱਥੇ ਗੱਪਾਂ ਮਾਰੀ ਜਾਣੇ ਆ, ਗੱਲ ਵੀ ਦੱਸ ਚੌਰੀ ਸਾਹਿਬ। ਮੈਂ ਸਾਰੇ ਦੱਸ ਦਿੱਤੇ, ਮੈਨੂੰ ਤਾਂ ਕੋਈ ਹਾਸਲ ਨਹੀਂ ਹੋਇਆ, ਤੂੰ ਵੀ ਪੁੱਛ ਕੇ। ਤੈਨੂੰ ਕਿਉਂ ਨਹੀਂ ਹਾਸਲ ਹੋਇਆ? ਨਹੀਂ ਨਹੀਂ, ਮੈਨੂੰ ਤੈਨੂੰ ਨਹੀਂ ਸਭ ਕੁਝ ਸਾਰੇ, ਮੈਂ ਸਾਰਾ ਕੁਝ ਇਹਦਾ ਹੱਲ ਕਰਤਾ। ਮੈਂ ਕਿਹਾ ਮੈਂ ਰਹਿਣ ਕੱਖ ਨਹੀਂ ਦੇਣਾ, ਮੇਰੇ ਪਿੰਡ ਦੇ ਵਿੱਚ ਚੋਰੀ ਹੋਵੇ, ਹੋਵੇ ਪਿੰਡ ਮੇਰਾ ਚੋਰੀ ਹੋ ਜਾਵੇ, ਇੱਕ ਤਾਂ ਹੋ ਸਕਦਾ ਹੈ, ਮੈਂ ਉਹਦੀਆਂ ਲੱਤਾਂ ਨਾ ਲਾ ਦਊ ਜਿਹੜਾ ਮੇਰੇ ਪਿੰਡ ਦੇ ਵਿੱਚ ਮੇਰੇ ਬੰਦਿਆਂ ਕੋਲ ਪੈਸੇ ਫੜੇ। ਉਹ ਚੋਰੀ ਸਾਹਿਬ ਹੋ ਗਿਆ ਕੰਮ, ਇੱਕ ਨਹੀਂ ਡੇਲੀ ਚੋਰੀਆਂ ਹੋਣ ਡੀਆਂ। ਇੱਕ ਮਿੰਟ ਗੱਲ ਸੁਣੋ ਜਰਾ, ਅੱਜ ਜਿਹੜੇ ਮੁੰਡੇ ਰਾਤ ਨੂੰ ਆਪਣੇ ਕੰਮਾਂ ਤੋਂ ਆਉਂਦੇ ਆ, ਉਹਨਾਂ ਕੋਲ ਪੈਸੇ ਖੁੰਦੇ ਆ, ਉਹ 500 ਲਿਆਂਦਾ, ਕੋਈ 600 ਕਮਾਉਂਦਾ। ਇਹ ਗੱਲ ਤੂੰ ਉੱਥੇ ਖਲੋ ਕੇ ਵੀ ਕਰ ਸਕਦਾ? ਚੱਲ, ਇਹਦਾ ਵਾਕਫ ਨਾ ਬਣ ਗਿਆ ਕਰੋ, ਫੌਰੀ ਚੌਰੀ ਦੇ ਚੜ ਸਿਰ ਤੇ ਚੜ ਕੇ ਖਲੋ ਜਾਂਦੇ, ਇੱਥੇ ਕਰ ਗੱਲ ਇਹ ਕਰ ਲਾ, ਹੁਣ ਤੂੰ ਗੱਲ ਕਰ। ਉਹ ਮੈਂ ਨਹੀਂ, ਪੈਸੇ ਖੁੰਦੇ ਉਹਨਾਂ ਦੇ ਕੋਲੋਂ। ਉਹ ਯਾਰ ਤੁਹਾਨੂੰ ਕੋ ਦੱਸਦਾ, ਉਹਦੇ ਕਿਹੜਾ ਭਾਂਜੇ ਆ? ਹਾਂ, ਮੇਰੇ ਕਿਹੜੇ ਭਾਂਜੇ ਆ? ਕੁੱਤਿਆ ਕੁੱਤਿਆ, ਯਾਰ ਮੈਂ ਗੱਲ ਕਰਦਾ ਉਹਨਾਂ ਨਾਲ, ਮੈਂ ਤੈਨੂੰ ਸਮਝਾਇਆ ਵਿੱਚ ਨਾ ਬੋਲਿਆ ਕਰ, ਮੈਂ ਗੱਲ ਸੁਣਦਾ ਨਾ, ਮੈਨੂੰ ਸੁਣ ਦੇ ਚੁੱਪ ਕਰਕੇ। ਉਹ ਮੈਨੂੰ ਵੀ ਲੁੱਟ ਲਿਆ ਉਹਨਾਂ ਨੇ। ਅੱਛਾ, ਮੇਰੀ ਤਲਾਸ਼ੀ ਲਈ ਚੌਰੀ ਸਾਹਿਬ ਰੁਪਇਆ ਨਿਕਲਿਆ 150 ਮੇਰੀ ਜੇਬ ਚ। ਯਾਰ ਤੈਨੂੰ ਤੈਨੂੰ ਸ਼ਰਮ ਨਹੀਂ ਆਈ? ਤੈਨੂੰ ਜੋ ਪਤਾ ਸੀ ਵੀ ਲੁੱਟ ਹੋਣਾ ਆ, ਬੰਦਾ 900,000 ਪਾ ਕੇ ਜਾਂਦਾ ਜੇਬ ਚ। ਚੌਰੀ ਸਾਹਿਬ, ਤੁਸੀਂ ਗੱਲ ਕਰਨ ਵਾਲੀ ਕਰੋ, ਅਸੀਂ ਗਰੀਬ ਲੋਕ ਆ। ਉਹ ਮੈਂ ਉਹਨੂੰ ਕਿਹਾ ਸੀ ਤੁਸੀਂ ਐਡਵਾਂਸ ਦਿਓ ਕੋਈ 1,000-2,000। ਕਾ ਜਿਹਨਾਂ ਕੋਲ ਪੈਸੇ ਨਹੀਂ ਨਾ ਲੱਭਦੇ ਜਾਂ ਨਹੀਂ ਪੈਸੇ ਨਿਕਲਦੇ ਜਦੋਂ ਤਲਾਸ਼ੀ ਲੈਂਦੇ ਆ, ਉਹਨੂੰ ਬਹੁਤਾ ਮਾਰਦੇ ਆ। ਉਹ ਮੈਂ ਉਹੀ ਦੱਸਣ ਲੱਗਾ, ਮੇਰੇ ਉਹਨੇ ਕੰਨ ਫੜਾ ਤੇ ਚੌਰੀ ਸਾਹਿਬ, ਉਹ ਫੜ ਲਾ ਇੱਥੇ ਕੰਨ ਫੜਾ ਕੇ, ਮੈਂ ਨਾ ਮੇਰੇ ਠੁੱਡੇ ਮਾਰਨ ਡਏ ਦੋ ਬੰਦੇ, ਉਹਨਾਂ ਨੇ ਮੇਰੇ ਛਿੱਤਰ ਮਾਰੇ, ਮੇਰੇ ਲਾਸ਼ਾਂ ਪਾਤੀਆਂ। ਭਾਂਜੇ ਮੇਰੇ ਬੜੇ ਉਹ ਨਾ ਠੁੱਡੇ ਹੀ ਮਾਰਦੇ ਆ, ਉਹ ਠੁੱਡੇ ਮਾਰਦੇ ਆ। ਭਾਂਜੇ ਤੇਰੇ? ਨਹੀਂ, ਉਹ ਚੋਰ ਜਿਹੜੇ ਆ, ਉਹ ਕਹਿੰਦਾ ਵੀ ਕਿਸੇ ਦੇ ਭਾਂਜੇ ਹੀ ਹੋਣੇ ਆ। ਹਾਂ, ਉਹ ਠੁੱਡੇ ਮਾਰਦੇ ਆ। ਅੱਛਾ, ਠੁੱਡੇ ਮਾਰਦੇ। ਚੌਰੀ ਸਾਹਿਬ, ਮੈਨੂੰ ਉਹਨੇ ਕਿਹਾ ਗਾਂ ਤੋਂ ਅਗਰ ਰਾਤ ਨੂੰ ਇੱਥੋਂ ਲੰਘਣਾ ਹੀ
ਤੇ ਤੇਰੀ ਜੇਬ ਚ ਘੱਟ ਤੋਂ ਘੱਟ 1000-1200 ਹੋਵੇ ਤੇ ਅਸੀਂ ਤੇਰੇ ਕੰਨ ਲਾ ਦੇਣੇ ਮਾਰ ਮਾਰ ਕੇ ਦੱਸ ਦੇਈ ਗੱਲ ਤੇ ਤੂੰ ਜ਼ਰੂਰ ਕੰਨ ਲਵਾਉਣੇ ਆ 1500 ਜੇਬ ਚ ਪਾ ਕੇ ਚੱਲ ਜਾਗਾ ਮੈਂ ਫਿਰ ਚੋਰੀ ਸਾਹਿਬ ਤੁਹਾਡਾ ਦੱਸਿਆ ਮੈਂ ਕੋ ਚੋਰੀ ਮੇਰਾ ਬੇਟੀ ਉਹ ਡਰ ਗਏ ਹੁਣੇ ਮੇਰੇ ਨਾਲ ਸੁਣ ਮੈਂ ਨਾ ਤੁਹਾਡੇ ਨਾਲ ਹੱਸਣ ਲੱਗ ਪਿਆ ਆਹੋ ਹੱਸ ਪਏ ਉਹਨੂੰ ਪਤਾ ਵੀ ਚੋਰੀ ਨੇ ਨਾ ਆ ਕੇ ਮੈਂ ਸਾਡੇ ਮਾਰਨਾ ਕੰਨ ਫੜਾਉਣੇ ਆ ਮੈਂ ਉੱਤੇ ਫੜ ਕੇ 1500 ਦੇ ਵਿੱਚੋਂ ਨਾ 300 ਰੁਪਏ ਦਿੰਦੇ ਆ 300 ਦਿੰਦੇ ਆ ਉਹ ਰੱਖੇ ਵਾਲੇ ਵੀ ਉੱਥੇ ਆ ਕੇ ਖਲੋਣ ਦਾ ਹਾਂ ਜਦੋਂ ਲੁੱਟਣ ਆਉਂਦੇ ਆ ਚੋਰੀ ਤੇਰੇ ਨਾਲ ਤਾਂ ਹੱਸਣ ਕਾਲੀ ਡੇ ਸੀ ਮੈਂ ਕਿਹਾ ਯਾਰ ਵਿੱਚ ਕੋ ਰੌਲਾ ਲੱਗਦਾ ਮੈਨੂੰ ਕੀ ਗੱਲ ਆ ਨਹੀਂ ਉਹ ਹੱਸਦੇ ਭਲਾ ਕਿਉਂ ਆ ਉਹਨਾਂ ਨੂੰ ਪਤਾ ਵੀ ਚੋਰੀ ਨੇ ਸਾਨੂੰ ਫੜਨਾ ਜਦੋਂ ਫੜਨਾ ਹੈ ਅੱਛਾ ਜੀ ਹੋਰ ਕਿਸੇ ਨੇ ਨਹੀਂ ਫੜਨਾ ਤੇ ਚੋਰੀ ਇਹਦਾ ਹੱਲ ਕਰ ਇੱਥੇ ਏਡਾ ਪਿੰਡਾ ਲੈ ਕੇ ਬੈਠਾ ਕੋ ਇਹਦਾ ਹੱਲ ਕੱਢ ਹੱਲ ਪਤਾ ਕੀ ਆ ਇੱਕ ਪਿੰਡ ਵਾਲਿਆਂ ਨੇ ਹੁਣ ਮੇਰੇ ਤੇ ਪਾਤੀ ਜ਼ਿੰਮੇਵਾਰੀ ਜੇ ਕਿਸੇ ਦਾ ਕਿਸੇ ਨੇ ਚੋਰੀ ਹੁੰਦੀ ਤਾਰ ਕਹਿੰਦੇ ਚੋਰੀ ਥਾਣਾ ਵੀ ਸਾਡੇ ਵਾਸਤੇ ਤੂੰ ਹੀ ਆ ਚੋਰੀ ਵੀ ਤੂੰ ਹੀ ਆ ਠੀਕ ਹੈ ਜੇ ਕਿਸੇ ਦਾ ਮੁੰਡਾ ਕੰਮ ਤੇ ਨਹੀਂ ਜਾਂਦਾ ਤੇ ਚੋਰੀ ਇਹਨੂੰ ਕੰਮ ਤੇ ਲਵਾਓ ਹੁਣ ਮੈਂ ਜੇ ਕਿਸੇ ਨੂੰ ਕੰਮ ਤੇ ਲਵਾਉਣਾ ਆ ਫੇ ਆ ਕੇ ਨਹੀਂ ਸਾਨੂੰ ਲੁੱਟ ਲੈਂਦੇ ਆ ਲੁੱਟ ਲੈਂਦੇ ਆ ਵੀ ਹੁਣ ਤੈਨੂੰ ਮੈਂ ਕਿਸੇ ਫੈਕਟਰੀ 'ਚ ਲਵਾਉਣਾ ਆ ਤੈਨੂੰ ਤਨਖਾਹ ਮਿਲਣੀ ਆ ਤੇ ਤੂੰ ਲੋਟੀ ਹੋਣਾ ਆ ਪਰ ਚੌਰੀ ਸਾਹਿਬ ਸਾਡਾ ਥਾਣਾ ਵੀ ਤੁਸੀਂ ਕਚਹਿਰੀ ਵੀ ਤੁਸੀਂ ਡਾਕਟਰ ਵੀ ਤੁਸੀਂ ਮਰੀਜ਼ ਵੀ ਤੁਸੀਂ ਕੁਛ ਕਰੋ ਇਹਦਾ ਕੋਈ ਹੀਲਾ ਬੂਤਾ ਕਰੋ ਬਸ ਇੱਕ ਵਾਰੀ ਇਹਨੇ ਡਾਕੂ ਫੜ ਕੇ ਲੈ ਆਓ ਉਹ ਚੋਰ ਜਦੋਂ ਫੜਿਆ ਜਾਣਾ ਨਾ ਮੈਂ ਉਹਨੂੰ ਉਹ ਦੱਸਣਾ ਆ ਵੀ ਉਹਦੀ ਆਉਣ ਵਾਲੀ ਨਸਲ ਵੀ ਕਹੇਗੀ ਵੀ ਚੋਰੀ ਨਹੀਂ ਕਰਨੀ ਨਾ ਕਿਸੇ ਨੂੰ ਲੁੱਟਣਾ ਚੌਰੀ ਸਾਹਿਬ ਦੋ ਡਾਕੂ ਆ ਨਾ ਜਿਹਨਾਂ ਦੀ ਆਪਸ ਵਿੱਚ ਸ਼ਕਲਾਂ ਮਿਲਦੀਆਂ ਉਹ ਬੜੇ ਹੀ ਕਿਸੇ ਗੰਦੀ ਨਸਲ ਦੇ ਨਾ 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 ਕਿਸੇ ਦੇ ਸਿਆਣੇ ਨੂੰ ਗੰਦਾ ਨਹੀਂ ਕਹੀਦਾ ਹੁੰਦਾ ਸਰਦਾਰ ਉਹਨਾਂ ਦਾ ਆ ਸਿਆਣਿਆਂ ਦਾ ਨਹੀਂ ਹੈਗਾ ਹਾਂ ਫਿਰ ਗੰਦੀ ਨਸਲ ਦੇ ਨੇਗੇ ਗੰਦੀ ਨਾਨਕਿਆਂ ਦੀ ਨਸਲ ਹਾਂ ਉਹਨਾਂ ਦੀ ਨਾ ਜਿਹੜੀ ਨਸਲ ਹੈ ਨਾ ਜਦੋਂ ਗੱਲ ਕਰਦਾ ਉਹਨਾਂ ਦਾ ਵਿੱਚ ਨਾ ਭੁੱਲਿਆ ਕਰ ਗਾਮਿਆ ਗਾਮੇ ਤੈਨੂੰ ਆਦਤ ਆ ਵਿੱਚ ਬੋਲਣ ਦੀ ਤੈਨੂੰ ਮੈਂ ਦੱਸਿਆ ਵੀ ਆ ਵੀ ਗਾਮਿਆ ਤੂੰ ਜਦੋਂ ਗੱਲ ਹੋਵੇ ਤੇ ਤੂੰ ਨਾ ਬੋਲਿਆ ਕਰ ਅੱਛਾ ਫਿਰ ਚੌਰੀ ਸਾਹਿਬ ਉਹਨਾਂ ਜਿਹੜਾ ਵੱਡਾ ਨਹੀਂ ਹਾਂ ਜਿਹਦਾ ਕਦ ਥੋੜਾ ਜਿਹਾ ਲੰਬਾ ਹੀ ਉਹ ਤੇ ਬਹੁਤ ਹੀ ਘਟੀਆ ਉਹ ਘਟੀਆ ਹੈ ਉਹਨੇ ਮੇਰੇ ਥੱਪੜ ਮਾਰਿਆ ਸੀ ਆ ਕੰਨ ਉਹਨੇ ਲਾਲ ਕੀਤਾ ਮੇਰਾ ਡਾਕੂ ਫੜਵਾ ਦੇ ਇੱਕ ਵਾਰੀ ਤੁਸੀਂ ਚੋਰ ਜਦੋਂ ਮੈਨੂੰ ਫੜਵਾ ਦੇਣਾ ਨਾ ਉਹਦੀ ਆਉਣ ਵਾਲੀ ਨਸਲ ਜਿਹੜੀ ਹੈ ਨਾ ਉਹ ਵੀ ਤੋਬਾ ਕਰ ਜਾਏਗੀ ਨਸਲ ਉਹਦੀ ਗੰਦੀ ਆ ਤੋਬਾ ਕਰਾ ਮੈਂ ਕਹਿੰਦਾ ਨਾਨਕਿਆਂ ਦੀ ਵੀ ਤੋਬਾ ਹੋ ਜਾਏਗੀ ਲੋਕੀ ਜੁੱਤੀਆਂ ਮਾਰ ਕੇ ਸਰੇਆਮ ਚੌਂਕ ਚ ਖਲੋ ਕੇ ਉਹਨੇ ਮਾਮੇ ਨੇ ਚਿੱਤਰ ਬਣਨੇ ਚਾਹੀਦੇ ਅਸੀਂ ਗੰਦੀ ਨਸਲ ਦੇ ਭਾਂਜੇ ਤੋਬਾ ਤੋਬਾ ਅੱਲਾ ਵੈਰੀ ਦੁਸ਼ਮਣ ਦੇ ਨਾ ਹੋਵੇ ਮਾਮੇ ਹਾਂਜੀ ਹਾਂਜੀ ਇੱਥੇ ਆ ਜਾ ਆਇਆ ਆਇਆ ਫੈਸਲੇ ਤੂੰ ਕਰ ਲੈ ਪੁੱਤ ਇੱਥੇ ਆ ਜਾ ਇੱਥੇ ਆ ਜਾ ਮੈਂ ਜਦ ਬੋਲਣ ਜਾ ਨਹੀਂ ਆਇਆ ਮੈਂ ਗੱਲ ਕਰਨ ਜਾ ਰਿਹਾ ਆ ਬਕਵਾਸ ਕਰਦਾ ਕੁੱਤਾ ਬਾਕੀ ਗੱਲ ਪਤਾ ਚੌਰੀ ਸਾਹਿਬ ਕੀ ਆ ਵੇਖੋ ਅਗਰ ਬੇਹਦਾ ਤਾਂ ਨਿਕਲ ਗਏ ਲੇਕਿਨ ਉਹਦਾ ਮਾਮਾ ਵੀ ਮੈਨੂੰ ਬਲਾਜੀ ਲੱਗਦਾ ਵਾ ਚੌਰੀ ਸਾਹਿਬ ਹਾਂ ਮੈਂ ਇਹਨਾਂ ਕੋਲ ਦਾ ਅੱਗੇ ਪਿੱਛੇ ਦਾ ਮੈਨੂੰ ਪਤਾ ਲੱਗ ਜਵੇ ਨਾ ਤੇ ਮੈਂ ਸਿੱਧੇ ਤੁਹਾਡੇ ਕੋਲ ਲਿਆਵਾਂ ਉਹਨੂੰ ਨੱਪ ਕੇ ਓਏ ਚੌਰੀ ਸਾਹਿਬ ਨੇ ਤਾਂ ਉਹਨਾਂ ਦੇ ਅੱਗੇ ਪਿੱਛੇ ਦਾ ਪਤਾ ਹੋਣਾ ਪਤਾ ਕਿਉਂ ਤੇ ਲੋਕੀ ਬੰਦਾ ਅੱਗਾ ਪਿੱਛਾ ਦੇਖ ਕੇ ਧੀਆਂ ਭੈਣਾਂ ਦਿੰਦੇ ਆ ਹਾਂ ਐਵੇਂ ਦੇ ਨਹੀਂ ਧੀ ਭੈਣੇ ਦੇ ਕੁੱਤਿਆ ਕੁੱਤਿਆ ਮੈਂ ਤੈਨੂੰ ਕਹੀ ਜਾਂਦਾ ਜਦੋਂ ਸੀਰੀਅਸ ਗੱਲ ਕਰਦਾ ਹੁੰਦਾ ਵਿੱਚ ਨਾ ਬੋਲਿਆ ਕਰ ਨਾ ਬੋਲਿਆ ਕਰ ਉਹੀ ਗੱਲ ਕੀਤੀ ਇਹਨੇ ਜਿਹੜੀ ਮੈਂ ਤੈਨੂੰ ਸਮਝਾ ਕੇ ਹਟਿਆ ਵੀ ਜਦੋਂ ਕੋਈ ਬਾਹਰੋਂ ਗੱਲ ਕਰੇ ਵਿੱਚ ਨਹੀਂ ਬੋਲਣਾ ਨਹੀਂ ਬੋਲਣਾ ਵਿੱਚ ਨਹੀਂ ਬੋਲਣਾ ਨਹੀਂ ਗੱਲ ਕਰੋ ਤੁਸੀਂ ਪਰ ਚੌਰੀ ਸਾਹਿਬ ਮੈਂ ਪੁਲਿਸ ਤੇ ਗਿਆ ਸੀ ਉਹਨਾਂ ਨੂੰ ਮੈਂ ਆਖਿਆ ਕਿ ਜਾ ਕੇ ਇਹਨਾਂ ਦਾ ਕੋਈ ਬਸਤੋ ਬੰਦ ਕਰੋ ਮੈਂ ਰੱਖਿਆ ਪੁਲਿਸ ਵਾਲੇ ਨੂੰ ਅੱਗੇ ਮੈਂ ਕਿਹਾ ਤੁਸੀਂ ਇਹਨਾਂ ਦੇ ਗੋਲੀਆਂ ਮਾਰੋ ਦਿਮਾਗਾਂ ਦੇ ਵਿੱਚ ਕਿਉਂ ਗੋਲੀਆਂ ਮਾਰਨ ਹੈ ਦੋ ਵਾਰੀ ਚੌਰੀ ਚੌਰੀ ਕਹੀਏ ਨੇ ਇੱਕ ਦਫਾ ਮਾਮਾ ਬਣਦਾ ਮਾਮਾ ਹਾਂ ਤੇ ਤਾਂ ਜਾ ਕੇ ਮਾਮਾ ਮਰਦਾ ਬਕਵਾਸ ਕਰਦਾ ਹੈ ਚੌਧਰੀ ਸਾਹਿਬ ਕਹਿੰਦੇ ਮੈਂ ਅਜੇ ਪਿੰਡ ਦਾ ਮਾਲਕ ਬੈਠਾ ਤੇ ਮੈਨੂੰ ਗੱਲ ਦੱਸੋ ਇਹ ਗੱਲ ਤੂੰ ਦੁਆ ਕਰ ਬਸ ਡਾਕੂ ਮਿਲ ਜਾਏ ਜੇ ਡਾਕੂ ਉਹ ਮਿਲ ਗਿਆ ਨਾ ਤੇ ਪਿੰਡ ਦੇ ਵਿੱਚ ਚੋਰੀ ਨਹੀਂ ਹੋਣੀ ਮੈਂ ਤੈਨੂੰ ਦੱਸ ਦਵਾਂ ਚੋਰੀ ਨਹੀਂ ਹੋਣੀ ਹੈਗੀ ਬਾਕੀ ਚੌਰੀ ਸਾਹਿਬ ਜਦੋਂ ਮੈਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਹਾਂ ਨਾ ਚੌਰੀ ਜਾਣਦਾ ਉਹਨਾਂ ਨੂੰ ਆਹ ਮੇਰਾ ਜਾਣ ਦੇਣਾ ਨਹੀਂ ਘਰ ਰੱਖਣਾ ਹਾਂ ਨਹੀਂ ਬੰਨ ਗਏ ਮੁੰਡਿਆ ਗੱਲ ਮੈਨੂੰ ਕਲੀਅਰ ਕਰਨ ਦੇ ਜੇ ਕਿਤੇ ਤੁਸੀਂ ਡਾਕੂ ਫੜ ਕੇ ਲੈ ਆਓ ਨਾ ਤੇ ਮੇਰੇ ਡੇਰੇ ਤੋਂ ਨੱਸ ਕੇ ਚੱਲ ਜਾਣ ਤੇ ਮੇਰੇ ਉਹ ਭਣਵਈਏ ਦੇ ਪੁੱਤਰ ਲੱਗਣ ਭਣਵਈਏ ਉਹ ਮੇਰਾ ਮਤਲਬ ਕਹਿੰਦਾ ਹੁਣ ਗੱਲ ਜਿਹੜੀ ਹੈ ਨਾ ਤੇ ਤੂੰ ਨਾ ਕਾਕਾ ਦੁਆ ਕਰ ਡਾਕੂ ਮਿਲ ਜਾ ਬੰਦੇ ਛੱਡੇ ਆ ਉਸ ਨੁਕਰ ਦੇ ਵਿੱਚ
ਜਿੱਥੇ ਲੁੱਟਦੇ ਆ ਇਹਨੇ ਛੱਡੇ ਆ ਹਾਂ ਨਹੀਂ ਨਹੀਂ ਉਹ ਬੰਦੇ ਮੈਂ ਛੱਡੇ ਆ ਇਹ ਡਾਕੂ ਇਹ ਤੋਂ ਫੜ ਗਏ ਤੇ ਸਿੱਧਾ ਹੀ ਮੇਰੇ ਕੋਲ ਲੈ ਕੇ ਆਓ ਹਾਂ ਚੌਰੀ ਸਾਹਿਬ ਪੁਲੀਸਾਂ ਨੇ ਲਾ ਲਿਆ ਨਾਕੇ ਓਲੇ ਚ ਦੇ ਲਾ ਹੁਣ ਉਹਨੇ ਕਿਉਂ ਨਾਕਾ ਲਾਇਆ ਉਹ ਆਂਦੇ ਸੁਣੋ ਮੇਰੀ ਗੱਲ ਉਹਨਾਂ ਦਾ ਵੱਡਾ ਅਫਸਰ ਨਹੀਂ HSO ਉਹ ਆਂਦਾ ਹੀ ਮੈਂ ਇਹਨਾਂ ਦੀਆਂ ਦੋ ਦੋ ਲੱਤਾਂ ਵੜ ਦੇਣੀਆਂ ਡਾਕੂਆਂ ਦੀਆਂ ਨਾ 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 ਇਹ ਕੰਮ ਨਾ ਕਰੇ ਗੱਲਾਂ ਹੀ ਹੁੰਦੀਆਂ ਚੌਰੀ ਉਹੀ ਮੁੰਡੇ ਜਿਹੜੇ ਕੰਮ ਤੇ ਜਾਂਦੇ ਆ ਠੀਕ ਆ ਕਿ ਨਹੀਂ ਮੈਂ ਕਿਹਾ ਮੇਰੇ ਵੀ ਮੁੰਡੇ ਉਧਰ ਦੀ ਕੰਮ ਤੇ ਜਾਂਦੇ ਆ ਤੇ ਚੌਰੀ ਚੰਗਾ ਉਹਨਾਂ ਦੀਆਂ ਲੱਤਾਂ ਲੱਥੀਆਂ ਹੋਣਗੀਆਂ ਕੱਲ ਨੂੰ ਡਾਕਾ ਨਹੀਂ ਮਾਰਨਗੇ ਘਰ ਚ ਬੈਠੇ ਯਾਰ ਨਹੀਂ ਜਿਹੜੇ ਲੁੱਟ ਹੁੰਦੇ ਆ ਉਹਨਾਂ ਦੀ ਗੱਲ ਕਰਦਾ ਆ ਜਿਹੜੇ ਲੁੱਟ ਹੁੰਦੇ ਆ ਬਾਬਾ ਤੂੰ ਤੂੰ ਦੁਆ ਕਰ ਬਸ ਬੰਦੇ ਮੈਂ ਛੱਡੇ ਤੂੰ ਏਡਾ ਕਿਉਂ ਜ਼ਹਿਰ ਕਿਉਂ ਲੰਡਿਆ ਵਾ ਤੂੰ ਹੈ ਛੱਡਦੇ ਯਾਰ ਇਸ ਗੱਲ ਨੂੰ ਬੰਦੇ ਛੱਡੇ ਆ ਮੈਂ ਉਹ ਬੰਦੇ ਭੇਜੇ ਚੌਰੀ ਨੇ ਅੱਛਾ ਫੜਨ ਵਾਸਤੇ ਉਹਨਾਂ ਦੇ ਹੱਥ ਛੋਟਾ ਭਾਂਜਾ ਵੇ ਜਾਂ ਵੱਡਾ ਭਾਂਜਾ ਉਹ ਫੜ ਕੇ ਲਿਆਉਣਗੇ ਕਿਉਂ ਚੌਧਰੀ ਹਾਂ ਉਹ ਛੋਟਾ ਭਾਂਜਾ ਤੇ ਵੱਡਾ ਭਾਂਜਾ ਇਹ ਜਿਹੜੇ ਆ ਨਾ ਇਹਨਾਂ ਨੇ ਨਾਂ ਰੱਖੇ ਇਹਨਾਂ ਦੇ ਕੋਲ ਵਰਲਡ ਹੁੰਦੇ ਆ ਹਾਂ ਗੈਂਗ ਇਹ ਛੋਟਾ ਭਾਂਜਾ ਗੈਂਗ ਵੱਡਾ ਭਾਂਜਾ ਇਹ ਗੈਂਗ ਬਣੇ ਆ ਗਰੁੱਪ ਬਣੇ ਆ ਇਹ ਡਾਕੂਆਂ ਦੇ ਹਾਂ ਇਹਨਾਂ ਨੇ ਨਾ ਨਾਂ ਰੱਖੇ ਆ ਜਿਹੜੇ ਸਾਡੀ ਸਮਝ ਚ ਨਹੀਂ ਆਉਂਦੇ ਚੌਰੀ ਸਾਹਿਬ ਤੁਹਾਨੂੰ ਕਿੱਦਾਂ ਪਤਾ ਵੀ ਡਾਕੂਆਂ ਨੇ ਇਦਾਂ ਨਾਂ ਰੱਖੇ ਲੈ ਸਾਨੂੰ ਕਿੱਦਾਂ ਪਤਾ ਹੋਵੇ ਹੈ ਅਸੀਂ ਖਲਾਏ ਆ ਲੈ ਬਕਵਾਸ ਆਪਣੀ ਬੰਦ ਕਰ ਖਲਾਏ ਹੋਇਆ ਵੀ ਇਹ ਲੱਖ ਦੇ ਆ ਨਾ ਇਹ ਅਸੀਂ ਅਸੀਂ 20 ਦਫਾ ਵੇਖਿਆ ਨਾ ਰੱਖੇ ਆ ਨਹੀਂ ਇਹ ਗਾਮਾ ਆਂਦਾ ਕਿ ਹੱਥੀ ਖਲਾਇਆ ਇਹ ਕੀ ਰੌਲਾ ਕਰ ਇਹ ਗਾਮਾ ਜਿਹੜਾ ਨਾ ਇਹ 9 ਵਜੇ ਤੋਂ ਬਾਅਦ ਇਦਾਂ ਹੋ ਜਾਂਦਾ ਅੱਛਾ ਹੋ ਜਾਂਦਾ ਹਾਂ ਜਿਹਦੀ ਤੂੰ ਅਦਲੇ ਦਾ ਠੀਕ ਨਹੀਂ ਆ ਉਹ ਗਾਮਾ ਚੁੱਪ ਕਰਕੇ ਪਿਆ ਕਰ ਅੱਛਾ ਜੀ ਗੱਲ ਹੋਣ ਦੀ ਵੱਡੀ ਤੂੰ ਵਿੱਚ ਲੱਤ ਪਸਾ ਦੇਣਾ ਚੁੱਪ ਕਰ ਤੂੰ ਉਹਨਾਂ ਬੈ ਦੁਆ ਕਰ ਵੀ ਉਹ ਡਾਕੂ ਹੱਥ ਆ ਜਾਣ ਮੁੰਡੇ ਛੱਡੇ ਸਾਹਿਬ ਅਸੀਂ ਦੁਆ ਕਰਦੇ ਤੁਸੀਂ ਕੋ ਬਸ ਤੋਂ ਬੰਦ ਕਰੋ ਅਸੀਂ ਆਨੇ ਵੀ ਪੂਰਾ ਪਿੰਡ ਪਰੇਸ਼ਾਨ ਹੈ ਮੈਂ ਕਹਿੰਦਾ ਪੂਰਾ ਪਿੰਡ ਜਿਹੜਾ ਨਾ ਅੱਲਾ ਦੀ ਮਿਹਰਬਾਨੀ ਦੇ ਨਾਲ ਇਹ ਤੀਰ ਤਰ੍ਹਾਂ ਸਿੱਧੇ ਹੋ ਜਾਣਗੇ ਹਾਂ ਇਹ ਇਦਾਰੇ ਸਿੱਧੇ ਹੋਣਗੇ ਨਾ ਜਦੋਂ ਇਹਨਾਂ ਦੀਆਂ ਜੇਬਾਂ ਖਾਲੀ ਕੀਤੀਆਂ ਨਾ ਇਹ ਫਿਰ ਆਪ ਹੀ ਇਹ ਸਿੱਧੇ ਹੋ ਜਾਣਗੇ ਹਾਂ ਜੇਬਾਂ ਖਾਲੀ ਹਾਂ ਜਦੋਂ ਡਾਕੂਆਂ ਨੇ ਪੈਸੇ ਨਹੀਂ ਹੋਣੇ ਹੈ ਇਹ ਆਪ ਹੀ ਭੁੱਖੇ ਮਰਨਗੇ ਫਿਰ ਜਾਣਗੇ ਕਿਸੇ ਫੈਕਟਰੀਆਂ 'ਚ ਸਹੀ ਗੱਲ ਹੈ ਚੌਰੀ ਸਾਹਿਬ ਅੱਛਾ ਚੌਰੀ ਸਾਹਿਬ ਇੱਕ ਗੱਲ ਹੋਰ ਪੈਸੇ ਤਾਂ ਲੁੱਟਦੇ ਹੀ ਆ ਮੰਨਾ ਮੋਚੀ ਨਹੀਂ ਆਪਣਾ ਪਿੰਡ ਦਾ ਕੱਲ੍ਹ ਉਹ ਆਉਂਦੇ ਉਹਦੇ ਕੋਲ ਉਹਨਾਂ ਨੇ ਆਟੇ ਦਾ ਥੈਲਾ ਖੋਲਿਆ ਉਹਦੇ ਛੋਟੇ ਛੋਟੇ ਆਟੇ ਦਾ ਥੈਲਾ ਕਿੰਨੇ ਦਾ ਕਿੰਨਾ ਸੀ ਆਟਾ ਚੌਰੀ ਸਾਹਿਬ 10 ਕਿਲੋ ਦਾ ਦੇ ਆ ਹੁਣ ਝੂਠ ਬੋਲਣ ਡਿਆ 6 ਕਿਲੋ ਦਾ ਸੀ ਚੌਰੀ ਸਾਹਿਬ ਤੁਹਾਨੂੰ ਕਿੱਦਾਂ ਪਤਾ 6 ਕਿਲੋ ਦਾ ਸੀ ਮੇਰੇ ਕੋਲ ਤਾਂ ਲੈ ਕੇ ਗਿਆ ਉਹ ਤੁਹਾਡੇ ਇਹ ਪਤਾ ਕੀ ਗੱਲ ਆ ਇਹ ਇਹਨਾਂ ਦੀ ਆਦਤ ਆ ਇਹ ਜਦੋਂ ਪਰਚਾ ਹੁੰਦਾ ਨਾ ਇਹ ਵੱਧ ਚੀਜ਼ਾਂ ਲਿਖਾਉਂਦੇ ਆ ਜੇ ਕਿਤੇ ਵੇਖਿਆ ਨਾ ਵੀ ਤੋਲੇ ਦੀ ਚੈਨ ਆ ਇਹਨਾਂ ਨੇ ਕਹਿਣਾ ਜੀ 4 ਤੋਲੇ ਦੀ ਚੈਨ ਸੀ ਠੀਕ ਆ ਕਿ ਨਹੀਂ ਤੇ ਜੇ ਵੇਖਿਆ ਵੀ 50,000 ਕੱਢਿਆ ਇਹਨਾਂ ਨੇ ਕਹਿਣਾ 1.5 ਲੱਖ ਕੱਢਿਆ ਆ ਇਹਨਾਂ ਨੇ ਜਾਣ ਕੇ ਜਿਹੜੀ ਚੀਜ਼ ਹੈ ਨਾ ਵਧਾਉਣੀ ਆ ਹੁਣ 6 ਕਿਲੋ ਆਟਾ ਮੇਰੇ ਕੋਲ ਲੈ ਗਏ ਆ ਇਹਨਾਂ ਨੇ 20 ਕਿਲੋ ਕਿਥੋਂ ਕੋ ਪਾਇਆ ਉੱਤੇ ਔਰ 10 ਕਿਲੋ ਪਾਇਆ ਚਾਹੀ ਸਭ 10 ਕਿਲੋ ਹੈ ਇਹ ਪਤਾ ਕੀ ਗੱਲ ਆ ਇਹ ਫਿਰ ਡਾਕੂਆਂ ਦੀ ਆਪਸ 'ਚ ਲੜਾਈ ਹੋ ਪੈਂਦੀ ਆ ਇਹ ਇਸ ਕਰਕੇ ਨਾ ਸੱਚੀਆਂ ਚੀਜ਼ਾਂ ਨਹੀਂ ਲਿਖਾਉਂਦੇ ਇਹ ਕਿ ਤੁਹਾਡਾ ਮਤਲਬ ਇਹ ਹੈ ਕਿ ਪੂਰੀਆਂ ਛਾਵਾਂ ਲਿਖਾਉਣ ਹਾਂ ਨਹੀਂ ਮੈਂ ਸਮਝਾਉਣਾ ਵੀ ਯਾਰ ਨਹੀਂ ਚੋਰੀ ਹੋਈ ਹੈ ਨਾ ਉਹ ਨਹੀਂ ਲਿਖਾਉਣ ਉਹ ਗਾਂ ਤੇ ਚੋਰੀ ਸਾਹਿਬ ਇਦਾਂ ਹੀ ਹੋਊਗਾ ਹਾਂ ਉਹ ਦੁਆ ਕਰ ਫੜੇ ਜਾਣ ਮੈਂ ਬੰਦੇ ਛੱਡੇ ਆ ਬੰਦੇ ਆਉਂਦੇ ਹੋਣੇ ਆ ਦੇਖੋ ਚੋਰ ਸਾਹਿਬ ਅਸੀਂ ਕੀ ਲੈ ਕੇ ਆਏ ਆ ਫੜ ਲਿਆ ਚੋਰੀ ਸਾਹਿਬ ਦੇਖੋ ਹੁਣ ਕੀ ਲੈ ਕੇ ਆਏ ਤੁਸੀਂ ਲੱਗਦਾ ਫੇਣੀਆਂ ਲੈ ਕੇ ਆਏ ਉਹ ਬੜਾ ਨਾਨਕਿਆਂ ਦੇ ਆਇਆ ਵਾ ਇਹਨੂੰ ਇੱਥੇ ਲਿਆ ਇੱਥੇ ਇੱਥੇ ਉਰੇ ਉਰੇ ਲਿਆ ਚੱਲ ਉੱਥੇ ਬੈਠ ਇੱਥੇ ਲਿਆ ਚੋਰੀ ਨੀ ਹੋਏਗੀ ਮੈਂ ਕਹਿੰਦਾ ਚੋਰੀ ਡਾਕੂ ਚੋਰੀ ਨੀ ਹੋਏਗੀ ਆ ਮੂੰਹ ਤੋਂ ਤੇਰਾ ਕੱਪੜਾ ਲਾ ਓਏ ਕਾਕਾ ਆ ਪਿੱਛੇ ਸਹਾਰਾ ਰੱਖ ਲਾ ਤੇਰਾ ਲੱਕ ਨਾ ਛਿਲਿਆ ਜਾਵੇ ਚੋਰੀ ਠਹਿਰ ਜਾ ਮੈਂ ਦੇਖਦਾ ਨਾ ਹੈ ਕੌਣ ਆ ਇਧਰ ਕਰੀ ਤਾਰਾ ਹੈ ਬੋਲੇ 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 ਹਸਪਤਾਲ ਕੋਲੋਂ ਦੌੜਿਆ ਤੂੰ ਹੈ ਡਾਕੂ ਤਾਂ ਦੇਖ ਕਹਿੰਦੇ ਦਾਖਲ ਕਰਾਇਆ ਸੀ ਉੱਥੇ ਉਹ ਡਾਕੂ ਚੌਰੀ ਸਾਹਿਬ ਉਹ ਡਾਕੂ ਚਿੜੀਆ ਘਰ ਚੋਂ ਆਇਆ ਇੱਧਰ ਨੂੰ ਮੂੰਹ ਕਰ ਇੱਧਰ ਨੂੰ ਸਮਝ ਲੱਗੀ ਕਿ ਨਹੀਂ ਦੇਖਦਾ ਕਿ ਜਾਇਆ ਦੇਖਦਾ ਕਿ ਜਾ ਨਹੀਂ ਵੀ ਪਾ ਨਹੀਂ ਵੀ ਪਾ ਲਾ ਤੂੰ ਪਰੇ ਹੋ ਜਾ ਤੇਰਾ ਪਰੇ ਹੋ ਜਾ ਤੂੰ ਤੇਰਾ ਤੂੰ ਕੀ ਕਹਿਣਾ ਸੀ ਓਏ ਮੈਂ 1500 ਰੁਪਇਆ ਤੇਰਾ ਲੁੱਟਿਆ ਗਿਆ ਤੂੰ ਕਹਿੰਦਾ 2000 ਲੁੱਟਿਆ ਗਿਆ ਹੈ ਉਹ ਕਹਿੰਦਾ 3000 ਲੁੱਟਿਆ ਗਿਆ ਇਹ ਤਾਂ ਜਿੱਡੀ ਇਹਦੀ ਸਿਹਤ ਹੈ ਤੇ ਮੌਜ ਨਹੀਂ ਲੁੱਟ ਸਕਦਾ ਇਹ ਤਾਂ ਗੁੱਡੀ ਨਹੀਂ ਲੁੱਟ ਸਕਦਾ ਚੋਰੀ ਸਾਹਿਬ ਖਤਰਨਾਕ ਡਾਕੂ ਆ ਉਹ ਤੁਹਾਨੂੰ ਕਿਹਾ ਸੀ ਡਾਕੂ ਫੜ ਕੇ ਲਿਆਓ ਉਹ ਤੁਸੀਂ ਹਿੱਲ ਲੈ ਆਏ ਚੁੱਕੇ ਬੜਾ ਔਖਾ ਫੜਿਆ ਅਸੀਂ ਤਾਰ ਤੇ ਚੱਕ ਕੇ ਲੈ ਗਏ ਸੀ ਇਹਨੂੰ ਹੈ ਇੱਧਰ ਇੱਧਰ ਕਰੇ ਜ਼ਰਾ ਮੂੰਹ ਤੇ ਮੈਨੂੰ ਲੱਗਦਾ ਮੈਂ ਦਬਕਾ ਮਾਰਨਾ ਮੇਰੇ ਤੇ ਪੈ ਜਾਣਾ ਆ
ਸਾਹਿਬ ਇਹਦੀ ਦੌੜ ਹੀ ਬੜੀ ਆ 3 ਕਿਲੋਮੀਟਰ ਦੌੜਾਇਆ ਇਹਨੇ ਸਾਨੂੰ ਕਾਹਦੇ ਨਾਲ ਦੌੜਦਾ ਹੀ ਬਹੁਤ ਉਹ ਦੌੜਦਾ ਭਲਾ ਕਿਉਂ ਆ ਇਹ ਖਰਗੋਸ਼ ਇਹ ਫੜ ਕੇ ਲਿਆਉਂਦਾ ਓਏ ਮੈਂ ਡਾਕੂ ਮੇਰਾ ਪਿਓ ਡਾਕੂ ਤੇ ਮੇਰੀ ਮਾਂ ਡਾਕੂ ਮਾਂ ਦਾ ਨਾਂ ਨਹੀਂ ਲੈਣਾ ਮਾਂ ਚੰਗੇ ਖਾਨਦਾਨ ਦੀ ਸੀ ਕਮੀ ਲੱਗੀ ਕਿ ਨਹੀਂ ਤੇਰਾ ਪਿਓ ਡਾਕੂ ਸੀ ਹਾਂ ਕਿਉਂਕਿ ਮੈਂ ਅੱਗਾ ਪਿੱਛਾ ਜਾਣਦਾ ਆ ਮੈਨੂੰ ਪਤਾ ਆ ਇਹਨਾਂ ਦੀ ਇਹਨਾਂ ਕਿੱਥੋਂ ਲੜੀਆਂ ਟੁਰੀਆਂ ਇਹਨਾਂ ਦੀਆਂ ਹਾਂ ਨਹੀਂ ਤੁਸੀਂ ਪਿੰਡ ਦੇ ਚੌਰੀ ਤੁਹਾਨੂੰ ਪਤਾ ਸਾਰਾ ਇਹ ਇਹਦੇ ਨਾਲ ਹੁਣ ਇਦਾਂ ਦੁਬਾਰਾ ਨਾ ਕਮੀ ਮੇਰੇ ਸਾਹਮਣੇ ਗੱਲਾਂ ਕਰਨ ਡਿਆ ਆ ਚੌਰ ਸਾਹਿਬ ਤੁਸੀਂ ਪਿੰਡ ਦੇ ਚੌਰੀ ਨੂੰ ਦੱਸੋ ਇਹਦੀ ਕੀ ਸਜ਼ਾ ਬਣਦੀ ਇਹਨੂੰ ਸਜ਼ਾ ਕੀ ਦੇਣੀ ਆ ਇਹਨੂੰ ਰੱਬ ਨੇ ਸਜ਼ਾ ਦਿੱਤੀ ਆ ਵੀ ਇਹ ਸੌਂਦੇ ਕੋਠ ਨਹੀਂ ਹੁੰਦਾ ਹੈ ਮੂੰਹ 'ਚ ਬੁਰਗੀ ਪਾਉਂਦਾ ਪਿੱਛੇ ਨੂੰ ਵੱਜਦਾ ਆ ਇਹਨੂੰ ਕੀ ਸਜ਼ਾ ਦੇਣੀ ਆ ਤੁਰੇ ਜਾਂਦਾ 3 ਵਾਰੀ ਡਿੱਗਦਾ ਇਹ ਚੌਰੀ ਸਾਹਿਬ ਤੁਸੀਂ ਇਹਨੂੰ ਸਜ਼ਾ ਨਾ ਦਿਓ ਇਹਨੂੰ ਗਿਆ ਦਿਓ ਬਸ ਇਹਨੂੰ ਮੈਂ ਤੈਨੂੰ ਓਏ ਓਏ ਨਾ ਓਏ ਨਾ ਇਹ ਵੀ ਕਿਸੇ ਮਾਂ ਦਾ ਪੁੱਤ ਆ ਐਦਾਂ ਨਹੀਂ ਕਰਨਾ ਇਹਨੂੰ ਉਹਨਾਂ ਮੈਂ ਥਾਣੇ ਲੈ ਕੇ ਜਾਣਾ ਹੁਣ ਥਾਣੇ ਕਿਉਂ ਬਰਾ ਆਪ ਤਾਂ ਕੁੱਟ ਲਓ ਨਹੀਂ ਇਹ ਉਹ ਕੁੱਟਣਗੇ ਉਹ ਕੁੱਟਣਗੇ ਲਾਸ਼ਾ ਪਾਉਣਗੇ ਇਹਨਾਂ ਦੇ ਸਾਡੇ ਕੋਲ ਪੈਣੀਆਂ ਨਹੀਂ ਚੌਰੀ ਸਾਹਿਬ ਆਹ ਲੈ ਕੇ ਸੁਣ ਮਾਰ ਕੇ ਵੇਲੇ ਇਹਦਾ ਪਾਸਾ ਅੰਦਰ ਚੱਲ ਜਾਣਾ ਇਹ ਸਾਡੇ ਤੇ ਪੈ ਜਾਣਾ ਕਾਕਾ ਤੈਨੂੰ ਨਹੀਂ ਪਤਾ ਹੈਗਾ ਉਹ ਚੋਰੀ ਕਰਨੀ ਛੱਡੀ ਕਿ ਨਹੀਂ ਹੈ ਉਹ ਛੱਡੀ ਕਿ ਨਹੀਂ ਤੂੰ ਚੋਰੀ ਕਰਨੀ ਚੌਰੀ ਸਾਹਿਬ ਮੇਰੇ ਇਹਨਾਂ ਨੇ ਮਾਰੇ ਪੌਲੇ ਇਹਨਾਂ ਨੇ ਛਿੱਤਰ ਮਾਰੇ ਮੇਰੇ ਮੈਂ ਇਹਦੀ ਗੱਲ ਦੱਸਦਾ ਸੀ ਇਹਨੇ ਮਾਰੇ ਮੈਂ ਇਹਦੇ ਕੰਨ ਲਾ ਦੇਣੇ ਇਹਨੇ ਕਿਦਾਂ ਮਾਰਿਆ ਉਹ ਚੌਰੀ ਸਾਹਿਬ ਇਹਦੇ ਨਾਲ ਇੱਕ ਹੋਰ ਸੀ ਉਹ ਵੱਡਾ ਹੁਣ ਆਇਆ ਉਹਨੇ ਮੇਰਾ ਕੰਨ ਪਾੜਿਆ ਵੱਡਾ ਹੁਣ ਵੱਡਾ ਚੋਰ ਆ ਵੱਡਾ ਭਾਂਜਾ ਆ ਮੇਰਾ ਵੱਡਾ ਡਾਕੂ ਵੱਡਾ ਡਾਕੂ ਮੈਨੂੰ ਵੀ ਉਹ ਹੀ ਲੱਗਦਾ ਹਾਂ ਦੇਖੋ ਕਾਕਾ ਸਾਡਾ ਇਹ ਫੈਸਲਾ ਆ ਹਾਂਜੀ ਇਹਨੂੰ ਮੇਰੇ ਵੱਲੋਂ ਥਾਣੇ ਲੈ ਜਾਓ ਮੈਂ ਇਤਰਾਜ਼ ਕੋਈ ਨਹੀਂ ਕਰਦਾ ਸਹੀ ਆ ਕਿ ਨਹੀਂ ਥਾਣੇ ਲੈ ਜਾਓ ਇਹਨਾਂ ਜੋ ਮਰਜ਼ੀ ਕਰੋ ਜੇ ਅਗਰ ਮੇਰੀ ਗੱਲ ਤੇ ਤੁਸੀਂ ਰਹਿੰਦੇ ਆ ਨਾ ਤੇ ਇਹਨੂੰ ਉਹਨਾਂ ਮਹੀਨਾ ਕੁ ਮੈਨੂੰ ਦੇ ਦਿਓ ਉਹ ਕਦ ਲਈ ਇਹਨੂੰ ਉਹਨਾਂ ਖੁਰਾਕ ਚੰਗੀ ਮੈਂ ਖਿਲਾਉਂਗਾ ਦੇਸੀ ਘਿਓ ਦਊਂਗਾ ਪਰੌਂਠੇ ਦਊਂਗਾ ਇਹਦੇ ਮੇਰੀ ਸੁਣ ਲਾ ਮੇਰੀ ਸੁਣ ਲਾ ਫੌਰੀ ਫੌਰੀ ਸੁਣ ਲਾ ਤੈਨੂੰ ਸਾਰਾ ਪਤਾ ਤੈਨੂੰ ਸਾਰਾ ਪਤਾ ਆ ਇਹਨੂੰ ਖੁਰਾਕ ਜਿਹੜੀ ਚੰਗੀ ਰੱਖ ਕੇ ਜਦੋਂ ਇਹ ਗੱਭਰੂ ਹੋ ਜਾਏਗਾ ਨਾ ਤੇ ਮੈਂ ਤੁਹਾਨੂੰ ਬੁਲਾਵਾਂਗਾ ਵੀ ਆ ਜਾਓ ਹਵੇਲੀ 'ਚ ਪਾ ਕੇ ਲੰਮਿਆ ਉਹ ਜੁੱਤੀਆਂ ਫੇਰਾਂਗੇ ਇਹਨਾਂ ਦੇ ਇਹ ਯਾਦ ਕਰੇਗਾ ਪਰ ਅਗਲ ਚੋਈ ਸਾਹਿਬ ਮੈਂ ਕਰਾਚੀ 'ਚ ਜਾਣਾ 3 ਮਹੀਨੇ ਵਾਸਤੇ ਮੈਂ ਤੇ ਛਿੱਤਰ ਹੁਣੇ ਹੀ ਮਾਰਨੇ ਨਾ ਹੁਣ ਨਾ ਮਾਰੀ ਚੋਰੀ ਸਾਹਿਬ ਉਹ ਹੁਣ ਨਾ ਮਾਰੀ ਤੈਨੂੰ ਮੱਗਿਆ ਦੋ ਬਦਲਾ ਨਹੀਂ ਲਿਆ ਹੋਣਾ ਇਹਦਾ ਦੋ ਮਾਰ ਲੈਂਦੇ ਛਿੱਤਰ ਉਹ ਜਦੋਂ ਇਹ ਖਾ ਪੀ ਕੇ ਜਵਾਨ ਹੋ ਜਾਏਗਾ ਨਾ ਗੱਭਰੂ ਹੋ ਜਾਏਗਾ ਉਦੋਂ ਚੰਨ ਮਾਰੀ ਦਾ ਵੀ ਤੁਹਾਨੂੰ ਸਵਾਦ ਆਏਗਾ ਇਹਨੂੰ ਪੂਰਾ ਜਮਾਨਾ ਖਿਲਾ ਦੇਣੇ ਗੱਭਰੂ ਨਹੀਂ ਹੋਣਾ ਉਹ ਚੌਦੇ ਮੇਰੀ ਗੱਲ ਸੁਣੋ ਉਹ ਮੁੰਡਿਓ ਇਹਦੀ ਤਲਾਸ਼ੀ ਲਵੋ ਪਹਿਲਾਂ ਨਹੀਂ ਤਲਾਸ਼ੀ ਕਿ ਬੰਬ ਬੰਬ ਨਾ ਹੋਵੇ ਕੋਈ ਨਹੀਂ ਬੰਬ ਕਿੱਥੇ ਆ ਪਤਾ ਨਹੀਂ ਧੋਤੀ ਕਿੱਦਾਂ ਬੰਨਦਾ ਆ ਚੌਰੀ ਹੁਣ ਤੈਨੂੰ ਮੈਂ ਦੱਸਦਾ ਤੂੰ ਤੈਨੂੰ ਸਜ਼ਾ ਨਹੀਂ ਦੇਣੀ ਉਹ ਮੁੰਡਿਓ ਇਹਨੂੰ ਬਾਹਰ ਲੈ ਜਾਓ ਬਾਹਰ ਜਾ ਕੇ ਨਾ ਇਹਦੇ ਗੋਲੀ ਮਾਰੋ ਇੱਥੇ ਇੱਥੇ ਗੋਲੀ ਮਾਰੋ ਚਲੋ ਉਹ ਗੱਲ ਸੁਣਾ ਓਏ ਮੇਰਾ ਜ਼ਰਾ ਖੂਨ ਵਗ ਗਿਆ ਤੇ ਮੈਨੂੰ ਖੂਨ ਕੌਣ ਦੇਏਗਾ ਲਾਰਾ ਚੌਧਰੀ ਦੇਏਗਾ ਜਿੰਨਾ ਤੇਰਾ ਖੂਨ ਮਿਲਦਾ ਮੈਂ ਨਹੀਂ ਖੂਨ ਦੇਣਾ ਹੈਗਾ ਮੈਂ ਵੱਡੇ ਨੂੰ ਬੋਤਲ ਦਿੱਤੀ ਆ ਉਹਨੇ ਵੀ ਸਿਲਾ ਦਿੱਤਾ ਮੇਰਾ ਕੰਨ ਪਾੜ ਕੇ ਰੱਖ ਦਿੱਤਾ ਆ ਵੱਡਾ ਡਾਕੂ ਉਹ ਤੁਹਾਡੇ ਲਈ ਵੱਡਾ ਆ ਹਾਂ ਮੈਂ ਤਾਂ ਨਿੱਕੀ ਨਿੱਕੇ ਪਾਲੇ ਆ ਮੇਰੇ ਹੱਥਾਂ 'ਚ ਤਾਂ ਵੱਡੇ ਹੋਏ ਆ ਆਹੋ ਹੱਥਾਂ 'ਚ ਵੱਡੇ ਹੋਏ ਆਹੋ ਭਾਂਜੇ ਜੀ ਹੋਏ ਬਕਵਾਸ ਨਾ ਕਰ ਇਹਨੂੰ ਚੁੱਕ ਨਾ ਮੇਰੇ ਇਹ ਬੈਠ ਕੇ ਲੈ ਕੇ ਚੱਲੋ ਅੱਜ ਮੈਂ ਇਹ ਤਾਂ ਇਹਦੇ ਕੋਲ ਹਿਸਾਬ ਲੈਣਾ ਆ ਪੂਰਾ ਗਿਣ ਗਿਣ ਕੇ ਲੈਣਾ ਆ ਗਿਣ ਗਿਣ ਕੇ ਕੋਈ ਖਾਇਆ ਪੀਆ ਵੀ ਕਰ ਖਾਇਆ ਪੀਆ ਵੀ ਕਰ ਹਾਂ ਚਲੋ ਮੁੰਡੇ ਚੁੱਕੋ ਇਹਨੂੰ ਬੈਠ ਕੇ ਲੈ ਜਾ ਬੈਠ ਕੇ